ਫਰੈਂਡਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਵਿਰੋਧੀ ਸ਼ਬਦਾਂ ਬਾਰੇ ਗੱਲ ਕਰਾਂਗੇ ਇਸ ਤੋਂ ਪਹਿਲਾਂ ਵਾਲੇ ਅਸੀਂ ਪਹਿਲੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਅੱਜ ਨੈਕਸਟ ਕੰਟੀਨਿਊ ਕਰ ਰਹੇ ਹਾਂ ਹਮਾਇਤ ਵਿਰੋਧ ਹਲਾਲ ਹਰਾਮ ਹਾਜ਼ਰ ਗੈਰ ਹਾਜ਼ਰ ਹਾਨੀ ਲਾਭ ਹਾਰ ਜਿੱਤ ਹਾਲ ਬਿਹਾਲ ਹੋਛਾ ਠਹਿਰਿਆ ਜਾਂ ਗੰਭੀਰ ਅੰਤਲਾ ਆਰੰਭਿਕ ਹੌਲਾ ਭਾਰਾ ਹੰਕਾਰੀ ਦਾ ਨਿਮਰ ਨਿਰਮਾਨ ਸ਼ਬਦ ਟੁਕਮਾ ਨਹੀਂ ਹੈ ਨਿਮਰ ਆਏਗਾ ਹਿੰਸਾ ਅਹਿੰਸਾ ਹੋਸ਼ ਦਾ ਬੇਹੋਸ਼ ਜਾਂ ਮਸਤੀ ਹਲਕਾ ਗੂੜਾ ਜਾਂ ਗਾੜਾ ਕੱਸਿਆ ਢਿੱਲਾ ਕਹਿ ਅਕਹਿ ਕਠੋਰ ਦਾ ਕਠੋਰ ਜਾਂ ਕਰੜਾ ਇਹਦਾ ਉੱਤਰ ਆਏਗਾ ਨਰਮ ਵਿਰੋਧੀ ਸ਼ਬਦ ਕਮਾਉ ਦਾ ਗਵਾਉ ਜਾਂ ਨਖਟੂ ਜਿਹੜਾ ਕੁਛ ਨਾ ਕਮਾਉਂਦਾ ਹੋਵੇ ਗਵਾਉਂਦਾ ਹੋਵੇ ਕਮੀ वाधा कमी होंगे घाटा कमीना साऊ कपुत्र सपुत्र काला धीर जवान कारण अकार कारीगर अनाड़ी काली दाएगा गोरी दोरी चिट्टी कुआरी व्याही कुत्तन मिठास कोसा ठंडा कबूल रद्द कबूलकार मीनस मनना कायर दीर जहादुर कोमल कुरखत ज ਖਟੋਰ ਕੋਰਾ ਤੋਤਾ ਲਿਹਾਜੀ ਇਹਨਾਂ ਚ ਕੋਈ ਵੀ ਆ ਸਕਦਾ ਦੋਵਾਂ ਚੋ ਕੌੜਾ ਮਿੱਠਾ ਖਚਰਾ ਭੋਲਾ ਖੱਟਾ ਮਿੱਠਾ ਖੱਟਣਾ ਗੋਣਾ ਖੱਟਣਾ ਹੁੰਦਾ ਹੈ ਕਮਾਉਣਾ ਖੱਟੂ ਮਿੰਜੇ ਜਿਹੜਾ ਖਟਕੇਲੇ ਆਉਂਦਾ ਹੋਵੇ ਇਹਦਾ ਆਪੋਜ਼ਿਟ ਆਏਗਾ ਮਖੱਟੂ ਜਾਂ ਨਖੱਟੂ ਖਰਾ ਖੋਟਾ ਖਰਮਾ ਮੁਲਾਇਮ ਖਰੀਦਣਾ ਵੇਚਣਾ ਥੜਾ ਸੌਰੀ ਖੜਾ ਬੈਠਾ ਖਾਰਾ ਮਿੱਠਾ ਖਾਲੀ ਭਰਿਆ ਖਿੱਚਣਾ ਤਕਣਾ ਖਿਲਾਰਨਾ ਸਮੇਟਣਾ ਖੁਸਣਾ ਮਿਲਣਾ ਖੁਸਣਾ ਮੀਨਜ਼ ਖੋ ਜਾਣਾ ਖੁੰਡਾ ਤਿੱਖਾ ਖੋਲਣਾ ਵੱਜਣਾ ਖੁੱਲਾ ਇਹਨੂੰ ਕਹਿੰਦੇ ਵੀ ਬੰਨਿਆ ਹੋਇਆ ਤੰਗ ਜਾਂ ਭੇੜਾ ਵੀ ਕਹਿ ਸਕਦੇ ਆ ਖੋਣਾ ਦੇਣਾ ਖੋਲਣਾ ਬਨਣਾ ਖਾਂਗੜ ਸੱਜਰ ਖੁਸ਼ਬੂ ਬਦਬੂ ਖਰਚ ਆਮਦਨ ਗੱਡਣਾ ਪੁੱਟਣਾ ਗੱਡਣਾ ਜਿਵੇਂ ਸੀ ਕਹਿੰਦੇ ਵੀ ਕਿਸੇ ਚੀਜ਼ ਨੂੰ ਅਸੀਂ ਗੱਡ ਦਿੱਤਾ ਇਥੇ ਕਿਸ ਚੀਜ਼ ਨੂੰ ਉਲਟਾ ਦਾ ਪੱਟ ਦੇਣਾ ਗਰਮੀ ਸਰਦੀ ਗੁਣ ਔਗੁਣ ਗੁਪਤ ਪ੍ਰਗਟ ਗੁਰਾ ਨਿਗੁਰਾ ਗੁਰੂ ਚੇਲਾ ਗੂੜਾ ਫਿੱਕਾ ਜਾਂ ਮੱਧਮ ਕਿਹਾ ਜਾ ਸਕਦਾ ਇਹਦਾ ਆਪੋਜ਼ਿਟ ਗਦਾਰ ਵਫਾਦਾਰ ਗੁੱਸਾ ਠਰਮਾ ਘਟ ਵੱਧ ਕਣਾ ਕਣ ਨੂੰ ਸੀ ਸੰਗਣਾ ਵੀ ਕਹਿ ਦਿੰਦੇ ਆ ਪਤਲਾ ਘਾਟਾ ਵਾਧਾ ਜਾਂ ਲਾਹਾ ਮੀਨਸ ਫਾਇਦਾ ਹੋ ਜਾਣਾ ਘਰੇਲੂ ਬਾਜ਼ਾਰੀ ਘਰੋਗੀ ਮੀਨਸ ਜਿਸ ਨੂੰ ਕਹਿੰਦੇ ਵੀ ਘਰ ਤੇ ਨਾਲ ਸੰਬੰਧਿਤ ਇਹ ਉਲਟਾ ਆ ਜਾਏਗਾ ਦਾ ਜਨਤਕ ਜਾਂ ਸਮਾਜਿਕ ਘਟਿਆ ਵਧਿਆ ਚਤੁਰ ਸਿੱਧਾ ਚਲਾਕ ਸਿੱਧਾ ਚਾਨਣ ਹਨੇਰਾ ਚੜੀ ਉਤਰੀ ਚੜਾਉਣਾ ਲਾਉਣਾ ਚੜਦਾ ਲੈਂਦਾ ਚੜ੍ਹਦੀ ਕਲਾ ਟੈਨ ਦੀ ਕਲਾ ਚੜਾਈ ਉਤਰਾਈ ਚੋਰ ਸਾਦ ਚੋਪੜੀ ਰੁੱਖੀ ਚੋਪੜੀ ਵਿੱਚ ਜਿਹੜੀ ਰੋਟੀ ਸੀ ਚੋਪੜ ਕੇ ਖਾਣਿਆ ਘੋੜ ਦੇ ਨਾਲ ਰੁੱਖੀ ਜਿਹੜੀ ਬਿਨਾ ਚੋਪੜੀ ਹੁੰਦੀ ਹੈ ਚੰਗਾ ਮੰਦਾ ਮਾੜਾ ਜਾਂ ਪੈੜਾ ਚੰਗਿਆਈ ਬੁਰਿਆਈ ਛੂਤ ਅਛੂਤ ਛੋ ਅਛੋ ਛੋਲਾ ਮੱਠਾ ਜਾਂ ਸੁਸਤ ਛੋਲਾ ਹੁੰਦਾ ਚੁਸਤ ਐਕਟਿਵ ਛੋਟਾ ਵੱਡਾ ਜਸ ਅਪਜਸ ਜਗਿਆਸੂ ਸੰਿਆਸੀ ਜਟਾ ਝੂਟ ਕੋਨਮੋਨ ਜਟਾ ਝੂਟ ਮਤਲਬ ਜਿਹਦੇ ਵਾਲ ਹੁੰਦੇ ਨੇ ਜਟਾ ਹੁੰਦੀਆਂ ਨੇ ਕੋਨਮੋਨ ਜਿਹੜਾ ਬਿਲਕੁਲ ਰੋਡਾ ਹੁੰਦਾ ਹੈ ਜਤੀ ਸਤੀ ਬਿਵਚਾਰੀ ਜਨਮ ਮਰਨ ਜਾਂ ਮੌਤ ਜ਼ਬਰ ਹਲੀਮੀ ਜਵਾਨੀ ਲਿਖਤੀ ਜ਼ੁਲਮ ਰਹਿਮ ਜਾਗਣਾ ਸੌਣਾ ਜੁੜਨਾ ਟੁੱਟਣਾ ਜੋੜ ਤੋੜ ਜੋੜਾ ਇਕੱਲਾ ਜੋੜਾ ਮਤਲਬ ਦੋ ਜਣੇ ਜਾਂਗਲੀ ਮਿੰਜਾ ਜਿਹੜਾ ਜੰਗਲ ਦੇ ਵਿੱਚ ਰਹਿੰਦਾ ਹੈ ਪਾਲਤੂ ਸੱਬਿਆ ਝਟਕਾ ਕੁੱਠਾ ਜਾਂ ਹਲਾਲ ਛਿੜਕ ਦਿਲਾਸਾ ਛਿੜਕਣਾ ਪਿਆਰਨਾ ਟੈਕਣਾ ਕੁਮਲਾਉਣਾ ਜਿਵੇਂ ਅਸੀਂ ਕਹਿੰਦੇ ਕਿ ਫੁੱਲ ਟੈਕ ਰਹੇ ਨੇ ਉਹਦਾ ਉਲਟਾ ਆ ਜਾਏਗਾ ਟੈਕਣਾ ਜਾਂ ਮੁਰਝਾਉਣਾ ਰੁਜਾ ਜਿਸਕੇ ਇਹਨੇ ਵੀ ਬਿਜ਼ੀ ਬਹੁਤ ਰੁਜਿਆ ਹੋਇਆ ਬੰਦਾ ਵੇਲਾ ਟਿੱਬਾ ਟੋਆ ਟੁੱਟਾ ਦਾ ਟੋਟਾ ਦਾ ਆਏਗਾ ਸਾਬਤ ਟੰਗਣਾ ਕਿਸੇ ਚੀਜ਼ ਨੂੰ ਟੰਗ ਦੇਣਾ ਤੇ ਇਹਦਾ ਆਪੋਜ਼ਿਟ ਆਏਗਾ ਲਾਉਣਾ ਟਿਕਮਾ ਜਿਹੜੇ ਕਿਸੇ ਥਾਂ ਤੇ ਟਿੱਕੇ ਰਹਿੰਦਾ ਫਿਰਮਾ ਜਿਹੜਾ ਫਿਰਦਾ ਰਹਿੰਦਾ ਭਿਉਣਾ ਸੁਕਾਉਣਾ ਠੱਗ ਸਾਧੂ ਠੰਡਾ ਦਾ ਆਏਗਾ ਤੱਤਾ ਜਾਂ ਗਰਮ ਠਾਕੁਰ ਦਾਏਗਾ ਸੇਵਕ ਠਾਰਨਾ ਤਪਾਉਣਾ ਠਰਨਾ ਤਪਣਾ ਠੰਡਕ ਗਰਮੀ ਠਰਮਾ ਕਾਹਲ ਠੋਕਣਾ ਪੁੱਟਣਾ ਜਿਵੇਂ ਇਸਕੇ ਨੇ ਕਿ ਕਿਲ੍ਹੇ ਠੋਕ ਦਿੱਤਾ ਡਟਣਾ ਮੀਨਸ ਇੱਕ ਥਾਂ ਤੇ ਡਟ ਜਾਣਾ ਜਿਵੇਂ ਇਸਕੇ ਨੇ ਫੌਜਾਂ ਇੱਕ ਥਾਂ ਤੇ ਡਟ ਗਈਆਂ ਆਪੋਜ਼ਿਟ ਆਏਗਾ ਯਰਕਣਾ ਜਾਂ ਖਿਸਕਣਾ ਡਰ ਨਿਡਰ ਡਰਾਕਲ ਨਿਡਰ ਜਾਂ ਦਲੇਰ ਡਾਕੂ ਦਾਏਗਾ ਸਾਥ ਜਾਂ ਸੰਤ ਡਿੱਗਣਾ ਉਠਣਾ ਡੋਬੂ ਤਾਰੂ ਡੋਲ ਅਡੋਲ ਟੈਣਾ ਉਸਰਨਾ ਟਕਿਆ ਕੱਜਿਆ ਜਾਂ ਨੰਗਾ ਟਕਿਆ ਦੇ ਨਾਲ ਹੀ ਆਏਗਾ ਇੱਧਰ ਕੱਜਿਆ ਤੇ ਇਹਦਾ ਆਪੋਜ਼ਿਟ ਆਏਗਾ ਨੰਗਾ ਇਹ ਸ਼ਬਦ ਇਹਦੇ ਨਾਲ ਇਹ ਦੋਵੇਂ ਇਕੱਠੇ ਨੇ ਟਕਿਆ ਹੋਇਆ ਜਾਂ ਕੱਜਿਆ ਹੋਇਆ ਢੋਣਾ ਬਣਾਉਣਾ ਜਾਂ ਉਸਾਰਨਾ ਵੇ ਲੋੜਾ ਜੀ ਜੀ ਚੀਜ਼ ਦੀ ਲੋੜ ਨਹੀਂ ਹੁੰਦੀ ਜਿਹਨੂੰ ਜਾਂ ਲੋੜ ਨਹੀਂ ਹੁੰਦੀ ਇੱਕ ਹੁੰਦਾ ਹੈ ਲੋੜਵੰਦ ਧਰਨਾ ਸੌਰੀ ਜੀ ਇਹਨਾਂ ਗਟਾਹੂ ਉਸਾਰੂ ਢਾਲ ਉਚਾਨ ਢਿੱਲਾ ਕੱਸਿਆ ਜਾਂ ਸਖਤ ਢੀਠ ਆਗਿਆਕਾਰ ਤਕੜਾ ਮਾੜਾ ਤਜਰਬੇਕਾਰ ਅਲੜ ਜਾਂ ਅਨਾੜੀ ਜਿਹਨੂੰ ਕਿ ਕੋਈ ਤਜਰਬਾ ਨਹੀਂ ਹੈ ਤਰ ਖੁਸ਼ਕ ਤਰ ਹੁੰਦਾ ਜਿਵੇਂ ਕਿ ਸਲਾਬਿਆ ਜਾ ਹੋਣਾ ਗਿੱਲਾ ਹੋਣਾ ਓਪੋਜ਼ਿਟ ਆਏਗਾ ਖੁਸ਼ਕ ਤਰਨਾ ਡੁੱਬਣਾ ਤਾਰਨਾ ਡੋਬਣਾ ਤਾਰੂ ਡੋਬੂ ਤਿੱਖਾ ਤੇਜ ਇਹਦਾ ਓਪੋਜ਼ਿਟ ਆਏਗਾ ਖੁੰਡਾ ਤੇ ਕਾਲਾ ਸਵੇਰ ਤੀਵੀਂ ਮਰਦ ਤੋਲਿਆ ਅਣਤੋਲਿਆ ਥੱਲਾ ਸਿਖਰ ਠਿੜਕਣਾ ਟਿਕਣਾ ਥੁੱਕਣਾ ਚੱਟਣਾ ਥੋੜਾ ਥੋੜਾ ਹੁੰਦਾ ਕਿਸੇ ਚੀਜ਼ ਦੀ ਘਾਟ ਇਦਾ ਆਪੋਜ਼ਿਟ ਆਇਗਾ ਬਹੁਲਤਾ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਇਸ ਤੋਂ ਨੈਕਸਟ ਅਸੀਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਥੈਂਕਸ ਫॉर ਵਾਚਿੰਗ